ਬੀਤੀ ਰਾਤ ਜ਼ੀਰਾ ਅੰਮ੍ਰਿਤਸਰ ਰੋਡ ਤੇ ਸਥਿਤ ਨਵੇਂ ਕੋਰਟ ਕੰਪਲੈਕਸ ਦੇ ਮੋੜ ਤੇ ਇੱਕ ਸਵਿਫਟ ਕਾਰ ਤੇ ਮੋਟਰਸਾਈਕਲ ਦੀ ਟੱਕਰ ਹੋ ਗਈ, ਜਿਸ ਨਾਲ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਅਵਤਾਰ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਗੁਰਜੰਟ ਸਿੰਘ ਘਰ ਦਾ ਕੋਈ ਸਮਾਨ ਲੈਣ ਲਈ ਬਾਜ਼ਾਰ ਨੂੰ ਆ ਰਿਹਾ ਸੀ ਤਾਂ ਅਚਾਨਕ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਤਾਂ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਉਹਦੀ ਮੌਤ ਹੋ ਗਈ। ਉੱਧਰ ਮੌਕੇ ਤੇ ਪੁੱਜੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜੋ ਕੋਈ ਸਮਾਨ ਜ਼ਰੂਰੀ ਲੈਣ ਆ ਰਿਹਾ ਸੀ ਸ਼ਹਿਰ ਨੂੰ, ਕੋਈ ਤੇਜ਼ ਰਫ਼ਤਾਰ ਨਾਲ ਕਾਰ ਉਹਦੇ ਵਿੱਚ ਆਣ ਕੇ ਵੱਜੀ। ਕਾਰ ਨੇ ਉਹਨੂੰ 10-15 ਫੁੱਟ ਨੂੰ ਸੜਕ ਤੋਂ ਪਾਸੇ ਜਾ ਕੇ ਸਿੱਟਿਆ, ਚੁੱਕ ਕੇ ਮਾਰਿਆ, ਜੋ ਕਿ ਮੁੰਡੇ ਦੀ ਫਰੀਦਕੋਟ ਜਾ ਕੇ ਡੈਥ ਹੋ ਗਈ। ਉੱਥੇ ਪਹਿਲੇ ਜ਼ਿਲ੍ਹੇ ਹਸਪਤਾਲ ਲਿਆਂਦਾ ਗਿਆ ਜੀ, ਉੱਥੇ ਉਹਨਾਂ ਨੇ ਰੈਫਰ ਕਰਤਾ। ਰੈਫਰ ਕਰਕੇ ਅਸੀਂ ਲੈ ਗਏ ਫਰੀਦਕੋਟ ਜੀ, ਫਰੀਦਕੋਟ ਜਾ ਕੇ ਵੀ ਡੈਥ ਹੋ ਗਈ। ਕੱਲ੍ਹ ਮਿਤੀ 3/5/19 ਨੂੰ ਵਕਤ ਕਰੀਬ 8:30 ਵਜੇ ਕਚਹਿਰੀਆਂ ਚ ਰਸਤੇ ਵਿੱਚ ਗੁਰਜੰਟ ਸਿੰਘ ਸਾਨਾ ਅਵਤਾਰ ਸਿੰਘ ਦਾ ਕਾਰ ਗੱਡੀ ਨਾਲ ਐਕਸੀਡੈਂਟ ਹੋਇਆ ਸੀ, ਜਿਸ ਸੰਬੰਧੀ ਮੁਕੱਦਮਾ ਦਰਜ ਕਰਕੇ ਮੁਕੱਦਮੇ ਦੀ ਤਫਤੀਸ਼ ਜਾਰੀ ਹੈ। ਜਾਗਰਤੀ ਲੈਣ ਲਈ ਜ਼ੀਰਾ ਤੋਂ ਕੈਮਰਾਮੈਨ ਰਿਸ਼ੂ ਸ਼ਰਮਾ ਦੇ ਨਾਲ ਸਤੀਸ਼ ਵਿਜੀ ਦੀ ਰਿਪੋਰਟ।